ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਇਸ ਪ੍ਰੋਗਰਾਮ ਦੇ ਤਹਿਤ ਉਹਨਾਂ ਸਾਰੇ ਮਸਲਿਆਂ ਦੀ ਗੱਲ ਹੁੰਦੀ ਹੈ। ਅੱਜ ਵੀ ਇੱਕ ਮਸਲਾ ਅਸੀਂ ਇਸ ਮੰਚ ਦੇ ਉੱਤੇ ਰੱਖਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਵਾਕਈ ਹੀ ਇਸ ਵਿਸ਼ੇ ਦੇ ਉੱਤੇ ਜਿਹੜੀ ਕਈ ਸਾਰੀ ਕਿਆਸ ਰਾਈਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਹਨ ਉਹਨਾਂ ਦਾ ਸੱਚ ਕੀ ਹੈ। 21 ਮਈ ਦੀ ਗੱਲ ਕਰਨਾ ਤਾਂ ਉਹ ਦਿਨ ਹੈ ਜਿਸ ਦਿਨ ਰਾਜੀਵ ਗਾਂਧੀ ਹੋਰਾਂ ਦੀ ਬਕਾਇਦਾ ਹੱਤਿਆ ਕੀਤੀ ਗਈ ਸੀਗੀ। ਉਹਨਾਂ ਦਾ ਅਸੈਸੀਨੇਸ਼ਨ ਡੇ ਜਿਹੜਾ ਹੈਗਾ ਉਹ ਮਨਾਇਆ ਜਾਂਦਾ। ਪਰ ਰਾਜੀਵ ਗਾਂਧੀ ਹੋਰਾਂ ਦੀ ਜਦ ਗੱਲ ਹੁੰਦੀ ਹੈ, ਉਹਨਾਂ ਦੀ ਮਦਰ ਇੰਦਰਾ ਗਾਂਧੀ ਹੋਰਾਂ ਦੀ ਗੱਲ ਹੁੰਦੀ ਹੈ, ਤਾਂ ਉਹਨੂੰ ਹਮੇਸ਼ਾ ਅਸੀਂ ਲੰਬੇ ਸਮੇਂ ਤੋਂ ਸਿੱਖ ਜੈਨੋਸਾਈਡ ਅਤੇ ਤਮਿਲ ਜੈਨੋਸਾਈਡ ਦੇ ਨਾਲ ਵੀ ਜੋੜ ਕੇ ਸਹੀ ਸਕਦੇ ਹਾਂ, ਕਿਉਂਕਿ ਇਹ ਸਿਰਫ ਸਿੱਖ ਜੈਨੋਸਾਈਡ ਦਾ ਹੀ ਮਸਲਾ ਨਹੀਂ, ਬਕਾਇਦਾ ਤਮਿਲ ਜੈਨੋਸਾਈਡ ਦਾ ਵੀ ਮਸਲਾ ਹੈ। ਇਸੇ ਦੇ ਉੱਤੇ ਅਸੀਂ ਵਿਚਾਰ ਕਰਾਂਗੇ। ਪਹਿਲਾਂ ਵੇਖਦੇ ਹਾਂ ਸਟਿੰਗ, ਉਸ ਤੋਂ ਬਾਅਦ ਮੇਰੇ ਨਾਲ ਤਮਾਮ ਪੈਨਲਿਸਟ ਵੀ ਮੌਜੂਦ ਨੇ, ਸਵਾਲ ਕਈ ਸਾਰੇ ਹੋਣਗੇ, ਉਹਨਾਂ ਸਵਾਲਾਂ ਦੇ ਉੱਤੇ ਜਵਾਬ ਲਵਾਂਗੇ। ਇਸ ਸਟਿੰਗ ਦੇ ਉੱਤੇ ਨਜ਼ਰ ਪਾਉਂਦੇ ਹਾਂ। ਕੁਝ ਦਿਨ ਕੇ ਲਈ ਲੋਕੋਂ ਕੋ ਲਗਾ ਕਿ ਭਾਰਤ ਹਿਲ ਰਹਾ ਹੈ, ਲੇਕਿਨ ਜਬ ਵੀ ਕੋਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਥੋੜੀ ਹਿਲਤੀ ਹੈ। ਮੈਂ 84 ਕੀ ਵਿਡੋ ਹੂੰ, ਐਸੇ ਮਹੀਨੇ ਕੇ ਬੱਚੇ ਮਾਰ ਦੀਏ ਛੀਨ ਛੀਨ ਕੇ, ਕਿਆ ਇਤਨੀ ਹਨੇਰੀ ਆਈ ਹੋਈ ਸੀ, ਇਤਨੀ ਹਨੇਰੀ ਆਈ ਸੀ। ਦਿਨ 21 ਮਈ ਯਾਦ ਹੈ ਕਿ ਠੀਕ ਹੈ ਰਾਜੀਵ ਗਾਂਧੀ ਹੋਰਾਂ ਦੀ ਅਸੈਸੀਨੇਸ਼ਨ ਹੋਈ। ਸਵਾਲ ਇੱਥੇ ਵੱਡੇ ਆ ਬਣਦੇ ਹਨ ਕਿ 1984 ਸਿੱਖ ਕਤਲੇਆਮ ਨੂੰ ਲੈ ਕੇ ਰਾਜੀਵ ਗਾਂਧੀ ਹੋਰਾਂ ਦਾ ਉਹਦੇ ਵਿੱਚ ਕਿੰਨੀ ਇਨਵੋਲਵਮੈਂਟ ਸੀਗੀ, ਕੀ ਸਿਰਫ ਕਾਂਗਰਸ ਦਾ ਹੀ ਫਰੇਮਵਰਕ ਕੀਤਾ ਗਿਆ ਜਾਂ ਫਿਰ ਹੋਰ ਵੀ ਜਿਹੜੇ ਵਿਰੋਧੀ ਧਿਰ ਹੈਗੇ ਨੇ ਉਹਨਾਂ ਦੀ ਕਿੰਨੀ ਇਨਵੋਲਵਮੈਂਟ ਸੀਗੀ, ਇਸ ਕੇਸ ਨੂੰ ਲੈ ਕੇ ਅਜੇ ਤੱਕ ਕਿੰਨੀ ਸੁਣਵਾਈ ਹੋਈ ਹੈ, ਕਿੱਥੇ ਤੱਕ ਇਹ ਸੁਣਵਾਈ ਪਹੁੰਚੀ ਹੈ, ਇੰਟਰਨੈਸ਼ਨਲ ਕੋਰਟ ਦੇ ਵਿੱਚ ਇਸ ਸੁਣਵਾਈ ਨੂੰ ਲੈ ਕੇ ਅਸੀਂ ਕਦ ਦਲੀਲਾਂ ਸੁਣਾਂਗੇ, ਔਰ ਜਿਹੜੇ ਹੋਰ ਵੀ ਕਾਰਕੂਨ ਵੱਖ ਵੱਖ ਪਾਰਟੀ ਦੇ ਸੀਗੇ ਉਹਨਾਂ ਦੀ ਇਨਵੋਲਵਮੈਂਟ ਕਿੰਨੀ ਸੀਗੀ, ਇਹ ਵੱਡੇ ਸਵਾਲ ਬਣਦੇ ਨੇ। ਲੇਕਿਨ ਕੈਪਟਨ ਅਮਰਿੰਦਰ ਸਿੰਘ ਇਸ ਮੁਤਲਕ ਕੀ ਕਹਿੰਦੇ ਨੇ ਜਦ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ 1984 ਸਿੱਖ ਜੈਨੋਸਾਈਡ ਨੂੰ ਲੈ ਕੇ ਰਾਜੀਵ ਗਾਂਧੀ ਦੀ ਇਨਵੋਲਵਮੈਂਟ ਕੀ ਸੀਗੀ, ਤਾਂ ਇੱਕ ਵਾਰੀ ਬਿਆਨ ਅਸੀਂ ਕੈਪਟਨ ਅਮਰਿੰਦਰ ਸਿੰਘ ਦਾ ਵੀ ਸੁਣ ਲੈਂਦੇ ਹਾਂ। ਇੰਸੀਡੈਂਟ ਟੁੱਕ ਪਲੇਸ ਵੈਨ ਤਸਵੀਰ ਚੱਕੀ ਫਿਰਦੇ ਨੇ ਨਾ ਇੰਦਰਾ ਜੀ ਦੀ, ਇਟ ਵਾਜ ਵੈਨ ਇੰਦਰਾ ਜੀ ਵਾਜ ਕਿਲਡ, ਦੈਨ ਦਿਸ ਇੰਸੀਡੈਂਟ ਇਨ ਡੈਲੀ ਟੁੱਕ ਪਲੇਸ। ਰਾਜੀਵ ਗਾਂਧੀ ਵਾਜ ਐਟ ਦੈਟ ਟਾਈਮ ਇਨ ਬੰਗਾਲ ਸਿਟਿੰਗ ਇਨ ਦੀ ਏਅਰਪੋਰਟ ਵੈਨ ਨਿਊਜ਼ ਰੀਚਡ ਹਿਮ ਦੈਟ ਹਿਸ ਮਦਰ ਹੈਡ ਬੀਨ ਕਿਲਡ, ਸੋ ਟੂ ਬਲੇਮ ਦਮ ਇਟਸ ਐਬਸੋਲੂਟਲੀ ਰੋਂਗ। ਇਹ ਸੀਗੇ ਕੈਪਟਨ ਅਮਰਿੰਦਰ ਸਿੰਘ। ਤਮਾਮ ਪੈਨਲਿਸਟ ਮੇਰੇ ਨਾਲ ਮੌਜੂਦ ਨੇ, ਉਹਨਾਂ ਨਾਲ ਮੈਂ ਤੁਹਾਨੂੰ ਤਾਰੁਫ ਕਰਾ ਦੇਵਾਂ। ਮੇਰੇ ਨਾਲ ਮੌਜੂਦ ਨੇ HS ਫੁਲਕਾ, ਸੀਨੀਅਰ ਲਾਇਰ, ਜੋ ਕਿ ਕਾਫੀ ਲੰਬੇ ਸਮੇਂ ਤੋਂ ਜਦ ਗੱਲ ਸਿੱਖ ਜੈਨੋਸਾਈਡ ਦੀ ਕੇਸਿਸ ਦੀ ਆਉਂਦੀ ਹੈ ਤਾਂ ਉਹਦੀ ਅਗਵਾਈ ਵੀ ਕਰ ਰਹੇ ਨੇ, ਕਈ ਸਾਰੇ ਬਿਆਨ ਅਸੀਂ ਉਹਨਾਂ ਦੇ ਸੁਣੇ ਵੀ। ਮੇਰੇ ਨਾਲ ਮੌਜੂਦ ਨੇ ਦਿਨੇਸ਼ ਅਗਰਵਾਲ, ਜੋ ਕਿ BJP ਓਵਰਸੀਜ਼, ਯਾਨੀ ਕਿ ਫਰੈਂਡਸ ਆਫ BJP ਓਵਰਸੀਜ਼ ਜਿਹੜੀ ਹੈਗੀ ਉਹਦੇ ਐਕਸ ਪ੍ਰੈਜ਼ੀਡੈਂਟ ਨੇ। ਮੇਰੇ ਨਾਲ ਮੌਜੂਦ ਨੇ ਮੋਹਿੰਦਰ ਸਿੰਘ ਗਿਲਜੀਆਂ, ਜੋ ਕਿ ਪ੍ਰੈਜ਼ੀਡੈਂਟ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ, ਅਤੇ ਨਾਲ ਹੀ ਮੇਰੇ ਨਾਲ ਮੌਜੂਦ ਨੇ ਡਾਕਟਰ ਬਖਸ਼ੀਸ਼ ਸੰਧੂ। ਜਦ ਗੱਲ ਸਿੱਖ ਜੈਨੋਸਾਈਡ ਦੀ ਆਉਂਦੀ ਹੈ ਤਾਂ ਕਾਫੀ ਲੰਬੇ ਸਮੇਂ ਤੋਂ ਅਮੈਰੀਕਾ ਦੀ ਧਰਤੀ ਦੇ ਉੱਤੇ ਭਾਵੇਂ ਉਹ ਵਾਈਟ ਹਾਊਸ ਦੇ ਅੱਗੇ ਧਰਨਾ ਦੇਣ ਦੀ ਗੱਲ ਹੋਵੇ, ਭਾਵੇਂ ਪੈਨਸਲਵੀਨੀਆ ਅਸੈਂਬਲੀ ਦੇ ਵਿੱਚ ਸਿੱਖ ਰਿਕੋਗਨੀਸ਼ਨ ਕਰਾਉਣ ਦੀ ਗੱਲ ਹੋਵੇ, ਵਿਸਾਖੀ ਨੂੰ ਲੈ ਕੇ ਅਵੇਅਰਨੈਸ ਕਰਾਉਣ ਦੀ ਗੱਲ ਹੋਵੇ, ਤਾਂ ਉਹਨਾਂ ਦਾ ਅਹਿਮ ਯੋਗਦਾਨ ਰਿਹਾ। ਸੋ ਇਹ ਤਮਾਮ ਗੈਸਟ ਨੇ ਜਿਨ੍ਹਾਂ ਦਾ ਮੈਂ ਸਵਾਗਤ ਕਰਦਾ, ਅਤੇ ਨਾਲ ਤਮਿਲ ਐਸੋਸੀਏਸ਼ਨ ਆਫ ਇੰਡੀਆ ਤੋਂ ਵੀ ਸਾਡੇ ਨਾਲ ਖਾਸ ਪੈਨਲਿਸਟ ਮੌਜੂਦ ਨੇ, ਉਹਨਾਂ ਦਾ ਵੀ ਮੈਂ ਸਵਾਗਤ ਕਰਦਾ। ਮੈਂ ਟੀਮ ਨੂੰ ਦਰਖਵਾਸਤ ਕਰਾਂਗਾ ਕਿ ਸਾਰੇ ਪੈਨਲਿਸਟ ਨੂੰ ਅਸੀਂ TV ਸਕਰੀਨ ਦੇ ਉੱਤੇ ਲੈ ਕੇ ਆਈਏ, ਔਰ ਸਵਾਲ ਮੈਂ ਸਭ ਤੋਂ ਪਹਿਲਾਂ ਇੱਥੇ ਲੈਣਾ ਚਾਹਾਂਗਾ HS ਫੁਲਕਾ ਜੀ ਹੋਰਾਂ ਤੋਂ। ਫੁਲਕਾ ਜੀ, ਜਦ ਅਸੀਂ ਗੱਲ 1984 ਸਿੱਖ ਜੈਨੋਸਾਈਡ ਦੀ ਕਰਦੇ ਹਾਂ, ਰਾਜੀਵ ਗਾਂਧੀ ਦੀ ਹੱਤਿਆ ਦਾ ਦਿਨ ਇਹਨੂੰ ਮੰਨਿਆ ਜਾਂਦਾ ਅੱਜ, ਰਾਜੀਵ ਗਾਂਧੀ ਦੀ ਅਸੈਸੀਨੇਸ਼ਨ ਜਦ ਹੋਈ ਤਾਂ ਕਈ ਸਾਰੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਸੀਗੀਆਂ। ਤਮਿਲ ਔਰਗਨਾਈਜੇਸ਼ਨ ਦੇ ਵੀ ਸੁੰਦਰ ਭਰਤ ਜੀ ਸਾਡੇ ਨਾਲ ਮੌਜੂਦ ਨੇ, ਉਹ ਵੀ ਦੱਸਣਗੇ। ਪਰ ਕਿੰਨੀ ਕੁ ਵੱਡੀ ਇਨਵੋਲਵਮੈਂਟ ਸੀਗੀ ਵੈਨ ਇਟ ਕਮਸ ਟੂ ਰਾਜੀਵ ਗਾਂਧੀ, HS ਫੁਲਕਾ ਜੀ? ਕੋਈ
ਰੈਟਸ ਹੁੰਦੇ ਆ ਤੇ ਉਦੋਂ ਇਹ ਸਟਾਰਟ ਹੁੰਦੇ ਆ ਕੋਈ ਕੱਲਾ ਦੁਕੱਲਾ ਬੰਦਾ ਦੂਜੀ ਮਕਾਮ ਦਾ ਫੜਿਆ ਉੱਥੋਂ ਉਹਨੂੰ ਮਾਰਿਆ ਉਹਨੂੰ ਕੁੱਟਿਆ ਉੱਥੋਂ ਸ਼ੁਰੂ ਹੁੰਦੇ ਆ ਪਰ ਦਿੱਲੀ ਦੇ ਵਿੱਚ ਜਦੋਂ ਇੰਦਰਾ ਗਾਂਧੀ ਨੂੰ ਗੋਲੀ ਲੱਗੀ ਉਹ ਸਵੇਰੇ ਤਕਰੀਬਨ 9 ਵਜੇ ਕੁਛ ਮਿੰਟ ਦਾ ਸਮਾਂ ਸੀ 11 ਵਜੇ ਤੱਕ ਸਭ ਨੂੰ ਪਤਾ ਸੀ ਕਿ ਇੰਦਰਾ ਗਾਂਧੀ ਦੀ ਮੌਤ ਹੋ ਚੁੱਕੀ ਆ 11 ਵਜੇ ਤੱਕ ਟੀਵੀ ਉਹਨਾਂ ਨੇ ਉਹ ਰੇਡੀਓ ਨੇ ਵੀ ਕਹਿਤਾ ਸੀ ਕਿ ਸਿੱਖ ਬੋਡੀਗਾਰਡ ਸੀਗੇ 2 ਵਜੇ ਤੱਕ ਤਾਂ ਪੂਰਾ ਆਫੀਸ਼ੀਅਲੀ ਡਿਕਲੇਅਰ ਹੋ ਗਿਆ ਸੀ ਕਿ ਇੰਦਰਾ ਗਾਂਧੀ ਡੈਥ ਹੋ ਗਈ ਔਰ ਉਹਦੇ ਸਿੱਖ ਬੋਡੀਗਾਰਡ ਸੀ ਪਰ ਦਿੱਲੀ ਦੇ ਵਿੱਚ ਬਿਲਕੁਲ ਕੋਈ ਹਿੰਸਾ ਦਾ ਪੂਰਾ ਵੀ ਇੰਸੀਡੈਂਟ ਦਿੱਲੀ 'ਚ ਨਹੀਂ ਹੋਇਆ ਇਹ ਉਦੋਂ ਤੱਕ ਜਦੋਂ ਕਿ ਕੈਲਕਟਾ ਦੇ ਵਿੱਚ ਕੋਲਕਾਤਾ ਜਿਹਨੂੰ ਕਹਿੰਦੇ ਆ ਕੋਲਕਾਤਾ ਦੇ ਵਿੱਚ ਇਹ ਜੋ ਹਿੰਸਾ ਦੇ ਇੰਸੀਡੈਂਟ ਹੋਣੇ ਸ਼ੁਰੂ ਹੋ ਗਏ ਸੀ ਤੇ ਉਹ ਉਦੋਂ ਬਾਅਦ ਸ਼ਾਮ ਤੱਕ ਜੋਤੀ ਬਾਸੂ ਚੀਫ ਮਿਨਿਸਟਰ ਸੀ ਉਹਨਾਂ ਨੇ ਬੜੀ ਸਖਤੀ ਦੇ ਨਾਲ ਪੇਸ਼ ਆਏ ਤੇ ਸ਼ਾਮ ਤੱਕ ਉਹਨਾਂ ਨੇ ਉੱਥੋਂ ਦੇ ਇੰਸੀਡੈਂਟ ਸਾਰੇ ਕੰਟਰੋਲ ਕਰ ਲਏ ਦਿੱਲੀ ਦੇ ਵਿੱਚ ਪਹਿਲਾ ਵਾਕਿਆ ਜੋ ਕਿਸੇ ਵੀ ਸਿੱਖ ਨੂੰ ਦੇ ਉੱਤੇ ਅਟੈਕ ਕਰਨ ਦਾ ਈਵਨ ਉਦੋਂ ਪਹਿਲਾਂ ਥੱਪੜ ਤੱਕ ਵੀ ਕਿਸੇ ਸਿੱਖ ਦੇ ਨਹੀਂ ਸੀ ਮਾਰਿਆ ਜਿਹੜਾ ਪਹਿਲਾ ਹੋਇਆ ਅਟੈਕ ਉਹ ਹੋਇਆ ਪ੍ਰੈਜੀਡੈਂਟ ਆਫ ਇੰਡੀਆ ਸੀ ਜਦੋਂ ਸ਼ਾਮ ਨੂੰ ਪ੍ਰੈਜੀਡੈਂਟ ਬਾਹਰ ਗਏ ਹੋਏ ਸੀ ਜੈਮਨ ਗਏ ਸੀ ਜਦੋਂ ਸ਼ਾਮ ਨੂੰ ਪ੍ਰੈਜੀਡੈਂਟ ਵਾਪਸ ਆਏ ਤਾਂ ਉਹਨਾਂ ਦਾ ਕੈਵਲਕੇਡ ਤਕਰੀਬਨ 4:30-5 ਦੀ ਗੱਲ ਆ ਉਸ ਟਾਈਮ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਨੂੰ ਆ ਰਿਹਾ ਸੀ ਰਾਜੀਵ ਗਾਂਧੀ ਉੱਥੇ ਉਹ 2 ਵਜੇ 2:30 ਵਜੇ ਪਹੁੰਚ ਗਏ ਸੀ ਦਿੱਲੀ ਕੈਲਕਟਾ ਤੋਂ ਠੀਕ ਹੈ ਫੁਲਕਾ ਜੀ ਅਸੀਂ ਇਸ ਤੋਂ ਬਾਅਦ ਵੀ ਜਾਣ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਮੈਂ ਇੱਕ ਬ੍ਰੇਕ ਲਈ ਇੱਥੇ ਰੁਕ ਰਿਹਾ ਔਰ ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ ਤਮਾਮ ਪੈਨਲਿਸਟ ਮੇਰੇ ਨਾਲ ਜਿਹੜੇ ਮੌਜੂਦ ਨੇ ਉਹਨਾਂ ਤੋਂ ਵੀ ਮੈਂ ਕਮੈਂਟਸ ਲਵਾਂਗਾ ਫਿਲਹਾਲ ਇੱਕ ਬ੍ਰੇਕ ਲਈ ਇੱਥੇ ਰੁਕਦੇ ਹਾਂ ਮੈਂ 84 ਕੀ ਵਿਡੋ ਹੂੰ 6 ਮਹੀਨੇ ਕੇ ਬੱਚੇ ਮਾਰ ਦੀਏ ਛੀਨ ਛੀਨ ਕੇ ਕਿਆ ਇਤਨੀ ਹਨੇਰੀ ਮੈਂ 84 ਕੀ ਵਿਡੋ ਹੂੰ 6 ਮਹੀਨੇ ਕੇ ਬੱਚੇ ਮਾਰ ਦੀਏ ਛੀਨ ਛੀਨ ਕੇ ਕਿਆ ਤਾਂ ਬ੍ਰੇਕ ਤੋਂ ਬਾਅਦ ਸਵਾਗਤ ਹੈ ਲਗਾਤਾਰ ਗੱਲ ਹੋ ਰਹੀ ਹੈ ਰਾਜੀਵ ਗਾਂਧੀ ਦੀ ਅਸੈਸੀਨੇਸ਼ਨ ਦੇ ਦਿਨ ਦੇ ਉੱਤੇ ਅਸੀਂ ਸਾਰੇ ਪੈਨਲਿਸਟ ਨੂੰ ਲੈ ਕੇ ਆਏ ਹਾਂ ਮੇਰੇ ਨਾਲ ਡਾਕਟਰ ਬਖਸ਼ੀਸ਼ ਸੰਧੂ ਮੌਜੂਦ ਨੇ ਮੇਰੇ ਨਾਲ ਮੌਜੂਦ ਨੇ ਦਿਨੇਸ਼ ਅਗਰਵਾਲ ਜੋ ਕਿ ਐਕਸ ਪ੍ਰੈਜ਼ੀਡੈਂਟ ਨੇ ਓਵਰਸੀਜ਼ ਬੀਜੇਪੀ ਦੇ ਮੋਹਿੰਦਰ ਸਿੰਘ ਗਿਲਜੀਆ ਮੌਜੂਦ ਨੇ ਪ੍ਰੈਜ਼ੀਡੈਂਟ ਓਵਰਸੀਜ਼ ਕਾਂਗਰਸ ਦੇ ਸਾਡੇ ਨਾਲ ਤਮਾਮ ਗੈਸਟ ਮੌਜੂਦ ਨੇ HS ਫੁਲਕਾ ਜੀ ਵੀ ਮੌਜੂਦ ਨੇ ਸੀਨੀਅਰ ਲਾਇਰ ਜੋ ਕਿ ਕਾਫੀ ਲੰਬੇ ਸਮੇਂ ਤੋਂ ਅਗਵਾਈ ਕਰਦੇ ਹੋਏ ਨੇ ਸੋ ਮੈਂ ਸਭ ਤੋਂ ਪਹਿਲਾਂ ਓਪਨਿੰਗ ਕਮੈਂਟ ਲਵਾਂਗਾ ਮੈਂ ਸਾਰੇ ਆਪਣੇ ਗੈਸਟਾਂ ਨੂੰ ਅਪੀਲ ਕਰਾਂਗਾ ਯੂ ਹੈਵ 1 ਮਿਨਟ ਟੂ ਗਿਵ ਯੂਅਰ ਓਪੀਨੀਅਨ ਔਨ ਯੂ ਨੋ ਰਾਜੀਵ ਗਾਂਧੀਜ਼ ਇਨਵੋਲਵਮੈਂਟ ਐਂਡ ਵਟ ਯੂ ਥਿੰਕ ਔਨ ਸਿੱਖ ਜੈਨੋਸਾਈਡ ਦੇ ਉੱਤੇ ਮੈਂ ਇਹ ਵੀ ਰਿਕੁਐਸਟ ਕਰਾਂਗਾ ਕਿ ਪਲੀਜ਼ ਆਪਣੇ ਜਦ ਤੱਕ ਤੁਸੀਂ ਸਕਾਈਪ ਦੇ ਉੱਤੇ ਲਾਈਵ ਹੋ ਤਾਂ ਤੁਸੀਂ ਆਪਣੇ ਹੈਂਡਸੈਟ ਨੂੰ ਇੱਕ ਜਗ੍ਹਾ ਰੱਖ ਦਿਓ ਤਾਂ ਕਿ ਮੂਵ ਨਾ ਹੋ ਸਕੋ ਤੁਸੀਂ ਸਟਿਲ ਸਾਨੂੰ ਅਸੀਂ ਤੁਹਾਨੂੰ ਵੇਖ ਸਕੀਏ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਦਿਨੇਸ਼ ਅਗਰਵਾਲ ਹੋਰਾਂ ਤੋਂ ਕਰਨਾ ਚਾਹਾਂਗਾ ਵਟ ਹੀ ਥਿੰਕਸ ਔਨ ਰਾਜੀਵ ਗਾਂਧੀ ਦਿਨੇਸ਼ ਜੀ ਥੈਂਕ ਯੂ ਫਾਰ ਇਨਵਾਈਟਿੰਗ for today's program. This is the death anniversary of our former Prime Minister Rajiv Gandhi. So first I would like to pay my tributes to him. He has done some good thing for India as a Prime Minister, and he has done a lot of bad things also. And one of them which we are discussing today is the Sikh massacre. It is not Sikh riots. It was really a genocide, organized genocide by Congress goons, in which officially they say over 3,000 innocent Sikh brothers and sisters were killed, but unofficially the figure may be over 10,000. And this was the only case, I think, since independence about which 10 commissions were set up. Still the real culprits were not punished. It was only up to when Atalji became Prime Minister, he constituted the last 10th commission, Nanavati Commission, and that resulted only one conviction of Sajjan Kumar, who is in the prison. But other culprits who led the goons to kill the innocent Sikh brothers, they are still roaming around. Jagdish Shetler, H.K.L. Bhagat, even Kamalnath,
Right. He was rewarded to become the Chief Minister of Madhya Pradesh recently. So Congress Party has been rewarding all those criminals who were involved in the Sikh massacre. So it is a shame for India, it is a shame for humanity, and sooner these culprits are punished, better it is, and that's all I can say. But other than that, Rajiv Gandhi is not only, the legacy of Rajiv Gandhi is not the Sikh massacre, but the Bhopal gas plant, in which the chairman of Union Carbide was sent out from India without any punishment and returned. Gandhi got Anu Saleem's son released from US. Okay, we'll come on that, Professor Dinesh. Dr. Bakshi Sandhu, I want to know your comments. Ranji Parsab ji, thank you very much for giving me a chance to give my comments. Look, ji, jada Delhi de vich Sikh genocide hoya, ohde vich Congress party da 100% hath si. ਤੇ ਰਾਜੀਵ ਗਾਂਧੀ ਨੇ ਇਹ ਅਨਾਉਂਸਮੈਂਟ ਕੀਤੀ ਕਿ ਜਦੋਂ ਕੋਈ ਇੱਕ ਵੱਡਾ ਟ੍ਰੀ ਜਿਹੜਾ ਵਾ ਇੱਕ ਵੱਡਾ ਰੁੱਖ ਡਿੱਗਦਾ ਵਾ ਤੇ ਸਾਰਾ ਜਿਹੜਾ ਜੰਗਲ ਉਹ ਹਿੱਲ ਜਾਂਦਾ ਵਾ ਉਸ ਦਿਨ 31 ਅਕਤੂਬਰ ਨੂੰ ਕੋਈ ਹਲਚਲ ਨਹੀਂ ਸੀ ਉਸ ਦਿਨ ਸ਼ਾਮ ਨੂੰ ਇੱਕ ਇਹਨਾਂ ਨੇ ਤਰਤੀਬ ਬਣਾਈ ਪਲੈਨਡ ਜੈਨੋਸਾਈਡ ਦਾ ਸਿਕਸ ਉਹਦੇ ਵਿੱਚ ਜਿਹੜੀਆਂ ਅਸੀਂ ਵੋਟਰ ਸੂਚੀਆਂ ਕੱਢੀਆਂ ਤੇ ਪੁਲਿਸ ਆਫਿਸਰ ਨੂੰ ਬੁਲਾਇਆ ਕਾਂਗਰਸ ਪਾਰਟੀ ਦੇ ਬੰਦੇ ਨੂੰ ਬੁਲਾਇਆ ਇਹਨਾਂ ਨੇ ਬੜੀ ਕੰਪਰੀਹੈਂਸਿਵ ਪਲਾਨ ਜਿਹੜੀ ਸੀ ਉਹ ਬਣਾਈ ਇਹਦੇ ਸਾਰੇ ਵਿੱਚ ਕਾਂਗਰਸ ਪਾਰਟੀ ਦਾ ਜਿਹੜਾ ਸੀ ਹੱਥ ਸੀ ਤੇ ਰਾਜੀਵ ਗਾਂਧੀ ਨੂੰ ਉੱਥੇ ਕੰਸਟੀਟਿਊਸ਼ਨ ਕ੍ਰਾਈਸਿਸ ਜਦੋਂ ਹੋਏ ਇਹਨਾਂ ਨੂੰ ਉਦੋਂ ਪ੍ਰਾਈਮ ਮਿਨਿਸਟਰ ਬਣਾਇਆ ਗਿਆ ਸੋ ਹੀ ਇਜ਼ ਟੋਟਲੀ ਰਿਸਪੋਂਸੀਬਲ ਐਂਡ ਆਲ ਦੀ ਕਾਂਗਰਸ ਪਾਰਟੀ ਇਜ਼ ਰਿਸਪੋਂਸੀਬਲ ਫਿਰ ਕੇ ਜਿਹੜੀ ਸੀ ਕਾਂਗਰਸ ਆਈ ਜਿਹੜੀ ਪਾਰਟੀ ਸੀ ਇਹਨਾਂ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਇੰਡੀਆ ਵਿੱਚ 100 ਹੋਰ ਸ਼ਹਿਰਾਂ ਵਿੱਚ ਤੇ 17 ਹੋਰ ਸੂਬਿਆਂ ਵਿੱਚ ਸਿੱਖਾਂ ਨੂੰ ਮਾਰਿਆ ਇਹਨਾਂ ਨੇ ਤੇਲ ਪਾ ਪਾ ਕੇ ਸਿੱਖਾਂ ਨੂੰ ਸਾੜਿਆ ਬੀਬੀਆਂ ਦਾ ਗੈਂਗ ਰੇਪ ਵਾਇਲੈਂਟਲੀ ਕੀਤਾ ਦੇ ਆਰ ਆਲ ਰਿਸਪੋਂਸੀਬਲ ਫਾਰ ਦਿਸ ਐਂਡ ਜਿਹੜੇ ਕਮਿਸ਼ਨ ਦਾਸ ਬਣਾਏ ਉਹਨਾਂ ਜਿਹੜੀਆਂ ਰਿਪੋਰਟਾਂ ਸੀ ਈਦਰ ਦਾ ਕਮਿਸ਼ਨ ਵਾਰ ਨਾਟ ਅਲਾਊਡ ਟੂ ਫਿਨਿਸ਼ ਦੇਅਰ ਵਰਕ ਔਰ ਦੇ ਰਿਪੋਰਟਸ ਵਾਰ ਨਾਟ ਬੇਸਿਕਲੀ ਐਕਟਡ ਅਪਾਨ ਦੈਟਸ ਵਾਈ ਵਾਟ ਵਾਸ ਦੇ ਨੀਡ ਟੂ ਮੇਕ 10 ਕਮਿਸ਼ਨਸ ਕਿਉਂਕਿ ਕਿਸੇ ਵੀ ਕਮਿਸ਼ਨ ਦੀ ਰਿਪੋਰਟ ਜਿਹੜੀ ਆਉਂਦੀ ਸੀ ਉਹ ਇਹਨਾਂ ਦੇ ਅਗੇਂਸਟ ਆਉਂਦੀ ਸੀ ਤੇ ਦੇ ਡੋਨਟ ਵਾਂਟ ਟੂ ਹੀਅਰ ਇਟ ਸੋ ਦੇ ਬੇਸਿਕਲੀ ਇਗਨੋਰਡ ਆਲ ਦ ਕਮਿਸ਼ਨਸ ਐਂਡ ਦੇ ਸਪਲਾਈਡ ਦ ਡੇਲੀ ਟ੍ਰਾਂਸਪੋਰਟੇਸ਼ਨ ਬਸਸ ਵਿਲ ਕਮ ਔਨ ਦੈਟ ਡਾਕਟਰ ਸੰਧੂ ਵਿਲ ਕਮ ਔਨ ਦੈਟ ਵਿਲ ਟਾਕ ਮੋਰ ਔਨ ਦਿਸ ਆਈ ਹੈਵ ਭਰਤ ਜੀ ਫਰੋਮ ਇੰਡੀਆ ਫਰੋਮ ਤਮਿਲ ਆਰਗੇਨਾਈਜੇਸ਼ਨ ਬਿਕੋਜ਼ ਇਟਸ ਨਾਟ ਓਨਲੀ ਸਿਕ ਜੈਨੋਸਾਈਡ ਵੈਨ ਇਟ ਕਮਸ ਟੂ ਰਾਜੀਵ ਗਾਂਧੀ ਇਟ ਆਲਸੋ ਵੀ ਆਲਸੋ ਥਿੰਕ ਦੈਟ ਯੂ ਨੋ ਤਮਿਲ ਜੈਨੋਸ ਤਮਿਲੀਅਨਸ ਜੈਨੋਸਾਈਡ ਵਾਸ ਆਲਸੋ ਦੇਅਰ ਸੋ ਭਰਤ ਜੀ I would love to have your opening comment. Can we associate Rajiv Gandhi assassination with Tamilians? What do you think on that? Yeah, Rajiv Gandhi's intention was to help Tamilians, especially in the Sri Lanka, where he wanted to, access the Tamils in terms of, merging north and east, so that they can have a decent living. And by asking the Sri Lankan government to make 13th amendment, that was his good intention. But due to lack of experience or political vision, he made a blunder of his life without making any meeting of the cabinet, without any consent of his ministers. He hastily sent the IPKF. Over the period of time, even the Sri Lankan government asked him to withdraw IPKF. He did not do. So both the Sri Lankan government and the LTTE did not want our forces there. Even the Sri Lankan government clandestinely supported LTTE by giving arms to fight against IPKF. Such was the blunder that LTTE has completely turned against Sri Rajiv Gandhi. And one more thing, during 1990 August to a magazine called the Sunday Magazine, Rajiv Gandhi gave an interview saying that he will send the IPKF again if he is elected. So these were the blunders. Because of this, LTTE has lost its hold completely, and it was a bitterness fight of Indian Tamils against Indians. So this was a major blunder, and he had to pay the price for it. Okay, but it was a major blunder by Rajiv Gandhi. ਤਾਂ ਕਰਕੇ ਉਹਨਾਂ ਦੀ ਹੱਤਿਆ ਕੀਤੀ ਗਈ ਮੋਹਿੰਦਰ ਸਿੰਘ ਗਿਲਜੀਆ ਜੀ ਮੈਂ ਤੁਹਾਡੇ ਕਮੈਂਟ ਚਾਹਾਂਗਾ ਯੂ ਹੈਵ ਹਰਡ ਆਲ ਆਫ ਦੈਮ ਸਾਰੇ ਗੈਸਟਾਂ ਨੂੰ ਤੁਸੀਂ ਸੁਣਿਆ ਆਈ ਵੁੱਡ ਲਵ ਟੂ ਹੈਵ ਯੂਰ ਓਪਨਿੰਗ ਕਮੈਂਟ
ਜਸ ਪੰਜਾਬੀ ਦੇ ਸਰੋਤਿਆਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਬੇਨਤੀ ਹੈ ਕਿ ਜੋ ਹੋਇਆ 1975 ਤੋਂ ਲੈ ਕੇ 1995 ਤੱਕ ਉਹ ਸਾਰਾ ਮਦਭਾਗਾ ਸੀ, ਚਾਹੇ ਉਹ ਪੰਜਾਬ ਸੀ ਚਾਹੇ ਭਾਰਤ ਦੇ ਕਿਸੇ ਵੀ ਕੋਨੇ 'ਚ ਹੋਇਆ। ਮੈਂ 1975 ਤੋਂ ਲੈ ਕੇ 95 ਤੱਕ ਦੀ ਗੱਲ, 20 ਸਾਲ ਦਾ ਜਿਹੜਾ ਇਤਿਹਾਸ ਹੈ ਸਾਡੇ ਹਿੰਦੁਸਤਾਨ ਦਾ, ਜਿਹੜੇ ਆ 3 ਵੱਡੇ ਕਾਂਡ ਹੋਏ ਨੇ। 1984 ਮੈਡਮ ਇੰਦਰਾ ਗਾਂਧੀ ਦਾ ਕਤਲ ਹੋਇਆ, ਫਿਰ ਦੰਗੇ ਹੋਏ, ਤੇ ਫਿਰ 1991 'ਚ ਜਾ ਕੇ ਤਾਮਿਲਨਾਡੂ 'ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਅੱਜ ਦੇ ਦਿਨ ਤੇ ਕਤਲ ਹੋਇਆ। ਇਹ ਤਿੰਨੇ ਜਿਹੜੀਆਂ ਘਟਨਾਵਾਂ ਸਨ ਸਾਡੇ ਭਾਰਤ ਦੇ ਮੱਥੇ 'ਤੇ ਬੜਾ ਵੱਡਾ ਕਲੰਕ ਹੈ। ਮੈਂ ਤਿੰਨੇ, ਇੰਦਰਾ ਜੀ ਦਾ ਕਤਲ 84 'ਚ, ਫਿਰ ਦੰਗੇ 84 ਦੇ, ਫਿਰ 91 'ਚ ਰਾਜੀਵ ਜੀ ਦਾ ਕਤਲ, ਇਹ ਤਿੰਨੇ ਘਟਨਾਵਾਂ ਸਾਡੇ ਭਾਰਤ ਦੇ ਬੜਾ ਵੱਡਾ ਕਲੰਕ ਨੇ, ਬਹੁਤ ਮਦਭਾਗੀਆਂ ਨੇ। ਮੈਂ ਇਹਨਾਂ ਦੀ ਤਿੰਨਾਂ ਘਟਨਾਵਾਂ ਦੀ ਇਹ ਪੁਰਜ਼ੋਰ ਨਿੰਦਾ ਕਰਦਾ ਤੇ ਇਹ ਕਿਸੇ ਵੀ ਤਰ੍ਹਾਂ ਨਾਲ ਇਹਨਾਂ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ। ਕਤਲ ਨੂੰ ਔਰ ਦੰਗਿਆਂ ਨਾਲ, ਦੋਨਾਂ ਚੀਜ਼ਾਂ ਨੂੰ, ਕਤਲ ਔਰ ਦੰਗਿਆਂ ਨੂੰ ਕੋਈ ਵੀ ਚੀਜ਼ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ। ਜੋ ਵੀ ਹੋਇਆ ਉਹਦਾ ਗਲਤ ਹੋਇਆ। ਔਰ ਮੈਂ ਵੀਰ ਜੀ, ਇਹ ਗੱਲ ਹੈ, ਇਹਦੇ ਪਿੱਛੇ ਬੜੀ ਲੰਮੀ ਹਿਸਟਰੀ ਹੈ। ਜਦੋਂ 84 ਦੇ ਜਿਹੜੇ 84 ਦੇ ਹਾਲਾਤ ਬਣੇ ਉਹਦੇ ਪਿੱਛੇ ਜੇ ਹਿਸਟਰੀ ਜਾ ਕੇ ਦੇਖੋ ਤੇ ਜੇ ਡਗਾਈ ਜਗਾਓ ਤੇ ਤੁਹਾਨੂੰ ਬਹੁਤ ਕੁਝ ਮਿਲੇਗਾ। ਔਰ ਮੈਂ ਉਹ ਜ਼ਿਆਦਾ ਡਗਾਈ 'ਚ ਨਹੀਂ ਜਾਣਾ ਚਾਹੁੰਦਾ, ਪਰ ਮੈਂ ਇਹ ਕਹਿਣਾ ਕਿ ਉਹ ਜੋ ਹੋਇਆ ਬਹੁਤ ਮਾੜਾ ਹੋਇਆ। ਆਪਾਂ ਨੂੰ ਕਿਸੇ ਇੱਕ ਧਿਰ ਤੇ ਦੋਸ਼ ਬਗੈਰ ਮਤਲਬ ਤੋਂ ਦੋਸ਼ ਲਾ ਦੇਣਾ, ਕੁਛ ਦੋਸ਼ ਲਾਉਣਾ ਤਾਂ ਬੜਾ ਸੌਖਾ ਹੈ। 1984 ਤੇ ਮੈਡਮ ਇੰਦਰਾ ਦਾ ਕਤਲ ਹੋਇਆ, ਉਸ ਤੋਂ ਬਾਅਦ ਦੰਗੇ ਹੋਏ, ਤੇ ਰਾਜੀਵ ਗਾਂਧੀ ਉਹਦਾ ਭਾਰਤ ਸਰਕਾਰ ਨਾਲ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਸਨ, ਉਹ ਕੋਈ ਪ੍ਰਧਾਨ ਮੰਤਰੀ ਨਹੀਂ ਸਨ, ਤੇ ਉਹਨਾਂ ਨੂੰ ਵਿੱਚੇ ਘਸੀਲ ਲੈਣਾ, ਰਾਹ ਜਾਂਦੇ ਨੂੰ ਘਸੀਲ ਲੈਣਾ। ਠੀਕ ਹੈ, ਮੈਂ ਸਮਝ ਗਿਆ ਤੁਹਾਡੀ ਗੱਲ ਕਿ ਕਾਂਗਰਸ ਨੂੰ ਫਰੇਮਵਰਕ ਕੀਤਾ ਗਿਆ। ਫੁਲਕਾ ਸਾਹਿਬ ਮੇਰੇ ਨਾਲ ਮੌਜੂਦ ਨੇ, ਲੈਟਸ ਹੈਵ ਫੁਲਕਾ ਸਾਹਿਬ ਔਨ ਦਾ ਸਕਰੀਨ। ਫੁਲਕਾ ਸਾਹਿਬ, ਸਾਡੇ ਨਾਲ ਮੋਹਿੰਦਰ ਸਿੰਘ ਗਿਰਜੀਆ ਜੋ ਕਿ ਇੱਥੇ ਦੇ ਪ੍ਰੈਜ਼ੀਡੈਂਟ ਨੇ, ਕਾਂਗਰਸ ਜੋ ਕਹਿੰਦੇ ਕਿ ਕਾਂਗਰਸ ਨੂੰ ਫਰੇਮਵਰਕ ਕੀਤਾ ਜਾਂਦਾ, ਅੱਜ ਤੱਕ ਕਿਉਂ ਨਹੀਂ ਬੀਜੇਪੀ ਦਾ, ਆਰਐਸਐਸ ਦੇ ਲੋਕਾਂ ਦਾ ਜਾਂ ਫਿਰ ਉਹਨਾਂ ਦੇ ਕਾਰਕੁਨਾਂ ਦਾ ਨਾਮਜ਼ਦ ਹੋਇਆ? ਫੁਲਕਾ ਸਾਹਿਬ, ਫੁਲਕਾ ਜੀ, ਕੈਨ ਯੂ ਹੇਅਰ ਮੀ? ਆਈ ਥਿੰਕ ਉਹਨਾਂ ਦਾ ਕਨੈਕਸ਼ਨ ਸਾਡੇ ਨਾਲ ਟੁੱਟ ਗਿਆ, ਬਟ ਵੀਲ ਟਰਾਈ ਟੂ ਗੈਟ ਹਿਮ ਅਗੇਨ। ਐਂਡ ਫੁਲਕਾ ਸਾਹਿਬ ਸਾਡੇ ਨਾਲ ਮੌਜੂਦ ਹੋਣਗੇ, ਉਹਨਾਂ ਤੋਂ ਵੀ ਸਵਾਲ ਲਵਾਂਗਾ। ਫਿਲਹਾਲ ਇੱਕ ਬ੍ਰੇਕ ਲਈ ਇੱਥੇ ਰੁਕ ਰਿਹਾ, ਬ੍ਰੇਕ ਤੋਂ ਬਾਅਦ ਲਗਾਤਾਰ ਅੱਜ ਦਾ ਮੁੱਦਾ ਜਾਰੀ ਰਹੇਗਾ। ਮੈਂ 84 ਕੀ ਵਿਡੋ ਹੂੰ, 6 ਮਹੀਨੇ ਕੇ ਬੱਚੇ ਮਾਰ ਦੀਏ ਛੀਨ ਛੀਨ ਕੇ, ਕਿਆ ਇਤਨੀ ਹਨੇਰੀ ਆਈ ਹੋਈ ਸੀ, ਇਤਨੀ ਹਨੇਰੀ ਆਈ ਸੀ। ਬ੍ਰੇਕ ਤੋਂ ਬਾਅਦ ਸਵਾਗਤ ਹੈ ਸਾਡੇ ਸਾਰੇ ਦਰਸ਼ਕਾਂ ਦਾ। ਲਗਾਤਾਰ ਅਸੀਂ ਪ੍ਰੋਗਰਾਮ ਨੂੰ ਜਾਰੀ ਰੱਖਿਆ ਹੋਇਆ। ਮੋਹਿੰਦਰ ਸਿੰਘ ਗਿਲਜੀਆ ਜੀ ਕੁਝ ਕਹਿ ਰਹੇ ਸੀਗੇ। ਛੋਟੇ ਵੀਰ ਦੀ ਗੱਲ ਇਸ ਤਰ੍ਹਾਂ ਹੈ ਕਿ ਮੈਂ ਕਿਹਾ ਮੇਰੀ ਗੱਲ ਤੁਸੀਂ ਸਾਰਿਆਂ ਸੁਣੀ, ਮੇਰੀ ਗੱਲ ਸੁਣ ਲਓ ਪੂਰੀ, ਕਿ ਹੁਣੇ ਜਿਹੜੇ ਆਪਣੇ ਸਾਰੇ ਵੀਰ ਬਲੇਮ ਲਾ ਕੇ ਗਏ ਨੇ ਸਾਡੇ ਕਾਂਗਰਸ ਪਾਰਟੀ ਦੇ, ਕਿ ਇਹਨਾਂ ਕੋਲੋਂ ਤੱਤਾਂ ਤੋਂ ਬਗੈਰ ਬਲੇਮ ਲਾਉਣਾ, ਦੋਸ਼ ਲਾਉਣੇ ਬੜੇ ਸੌਖੇ ਨੇ। ਮੈਂ ਵੀਰ ਜੀ ਬੇਨਤੀ ਹੈ ਕਿ ਬੀਜੇਪੀ ਵਾਲਿਆਂ ਨੂੰ ਮੈਂ ਬੇਨਤੀ ਕਰਨਾ ਕਿ 1998 ਤੋਂ 2004 6 ਸਾਲ ਵਾਜਪਾਈ ਜੀ ਦੀ ਸਰਕਾਰ ਰਹੀ ਹੈ। ਇਹ ਜਿਹੜੇ ਬੀਜੇਪੀ ਵਾਲੇ ਦੋਸ਼ ਲਾਉਂਦੇ ਨੇ ਸਾਡੇ ਕਾਂਗਰਸ ਪਾਰਟੀ ਦੇ, ਤੇ ਇਹਨਾਂ 6 �ਸਾਲ ਕੀ ਕੀਤਾ ਹੈ? ਜੇ ਸਾਡੇ ਕਾਂਗਰਸ ਦੀ ਕੋਈ ਕਸੂਰਵਾਰ ਸਨ ਤੇ ਇਹਨਾਂ ਨੂੰ ਉਹਨਾਂ ਨੂੰ ਅੰਦਰ ਕਿਉਂ ਡੱਕੇ ਸਜ਼ਾ ਕਿਉਂ ਦਿੱਤੀ? 6 ਸਾਲ ਇਹ ਬਹੁਮਤ 'ਚ ਰਹੇ ਨੇ ਤੇ ਦੁਬਾਰਾ ਫਿਰ ਇਹਨਾਂ ਨੂੰ 6 ਸਾਲ ਹੋ ਗਏ ਨੇ ਹੁਣ, 2009 ਤੋਂ ਲੈ ਕੇ 14 5 ਸਾਲ ਕੀਤੇ ਨੇ, 6ਵਾਂ ਸਾਲ ਇੱਕ ਦੂਜੀ ਟਰਮ ਦਾ ਵੀ ਇਹਨਾਂ ਪੂਰਾ ਕਰ ਲਿਆ। ਜਾਣ ਕੇ ਡਰਾਮੇ ਕਰਦੇ ਆ ਇਹ ਬੀਜੇਪੀ ਵਾਲੇ, ਔਰ ਇਹ ਸਭ ਤੋਂ ਖਤਰਨਾਕ ਦੁਨੀਆ ਦੇ ਸਭ ਤੋਂ ਖਤਰਨਾਕ। ਫੁਲਕਾ ਸਾਹਿਬ ਸਾਡੇ ਨਾਲ ਜੁੜ ਗਏ ਨੇ, ਫੁਲਕਾ ਸਾਹਿਬ ਸਾਡੇ ਨਾਲ ਜੁੜ ਗਏ ਨੇ, ਮੈਂ ਉਹਨਾਂ ਨੂੰ ਚਾਹਾਂਗਾ ਲੈ ਕੇ ਆਈਏ। ਫੁਲਕਾ ਸਾਹਿਬ, ਸਵਾਲ ਸਾਡੇ ਦਰਸ਼ਕ ਪੁੱਛ ਰਹੇ ਨੇ ਕਿ ਇੰਨੇ ਲੰਬੇ ਸਮੇਂ ਦੀ ਤੁਸੀਂ ਲੜਾਈ ਲੜੀ ਔਰ ਕਈ ਸਾਰੀ ਦਲੀਲਾਂ ਸੁਣਨ ਨੂੰ ਮਿਲੀਆਂ, ਸੋ ਤੁਸੀਂ ਆਪਣੀ ਗੱਲ ਨੂੰ ਕੰਪਲੀਟ ਕਰੋ, ਫਿਰ ਇੱਕ ਸਵਾਲ ਮੈਂ ਤੁਹਾਨੂੰ ਪੁੱਛੂੰਗਾ। ਫੁਲਕਾ ਸਾਹਿਬ, ਸਵਾਲ ਜੀ ਸਵਾਲ ਹੈ ਪੁੱਛੇ ਜਾ ਰਹੇ ਨੇ ਕਿ ਬਈ ਇੰਨੇ ਲੰਬੇ ਸਮੇਂ ਤੋਂ ਕਾਂਗਰਸ ਨੂੰ ਕਿਉਂ ਫਰੇਮਵਰਕ ਕੀਤਾ ਗਿਆ? ਉਹ ਕਹਿ ਰਹੇ ਨੇ ਕਿ ਜਿਹੜੇ ਕਾਂਗਰਸ ਦੇ ਸਾਡੇ ਨਾਲ ਲੀਡਰ ਨੇ ਉਹ ਕਹਿ ਰਹੇ ਕਿ ਸਾਡੀ ਪਾਰਟੀ ਨੂੰ ਬਦਨਾਮ ਕੀਤਾ ਗਿਆ, ਬੀਜੇਪੀ ਔਰ ਆਰਐਸਐਸ ਦੇ ਕਾਰਕੁਨ ਹਜੇ ਤੱਕ ਵੀ ਇੱਕ ਵਾਰੀ ਨਾਮਜ਼ਦ ਨਹੀਂ ਹੋਏ ਔਰ ਉਹਨਾਂ ਦਾ FIR ਤੋਂ ਨਾਮ ਹਟਾਇਆ ਗਿਆ। ਜੇਕਰ ਇਹ ਸੋਚਦੇ ਆ ਕਿ
एक गल होर भी पूछी जा रही है कि जब तो तुसी रिजाइन दिता बकायदा तुसी एमएलए दी पोस्ट तो रिजाइन दिता तुसी 1984 दे केसेस दे विच अपना टाइम देना चाहुंदे सीगे जब इस्तीफा तुसी अपना मीडिया दे सामने रखिया सीगा ए क्या जांदा कि तुहाडे बीजेपी दे नाल वधिया संबंध रहे इस करके कांग्रेस दे उत्ते फ्रेमवर्क किया गया और अज भी तुहाडी इनवॉल्वमेंट बीजेपी दे नाल है इस दे उत्ते मैं चाहवांगा कि तुसी अपना जरूर दर्शकां नूं जवाब दिओ जेड़े सवाल सानू दर्शक पूछणगे फुलका साहब वो भी तो लेने पैणगे ना राजीव गांधी फुलका साहब एदे च एनी एनी जे तुहाडी इनवॉल्वमेंट नहीं हैगी बीजेपी दे नाल तुसी उहनूं गल नूं रखो एच एनी बुरा मनन वाली केड़ी गल है ਫੁਲਕਾ ਸਾਹਿਬ ਇਹਦੇ ਚ ਬੁਰਾ ਮੰਨਣ ਵਾਲੀ ਕਿਹੜੀ ਗੱਲ ਹੈ साहब ते फिर क्यों नहीं इनवॉल्वमेंट हुई किसी होर दी वाजपेयी सरकार दे टाइम कई सारे नामजद हुए बीजेपी दे आरएसएस दे कारकुन ते फिर क्यों उन्हां नूं हटाया गया क्योंकि ए मन्निया जांदा है कि तुहाडा सॉफ्ट कॉर्नर सीगा बीजेपी दे नाल इस करके उन्हां दे नामजद नहीं हुए अगवाई तुसी कीती केस दे तुहाडे उते विश्वास सारयां नूं हैगा
ਰਾਈਟ ਕਮਲ ਨਾਥ ਤੇ ਸੱਜਣ ਕੁਮਾਰ ਨੂੰ ਪਿੱਛੇ ਕਾਇਦਰ ਨੂੰ ਬਚਾਉਣ ਵਾਲੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਕਰ ਰਹੇ ਹੋ ਨਹੀਂ ਅਸੀਂ ਤਾਂ ਚਾਹੁੰਦੇ ਆ ਤੁਸੀਂ ਅੱਗੇ ਜਾ ਕੇ ਹੋਰ ਕੇਸ ਦੀ ਪੈਰਵਾਈ ਕਰੋ ਪਰ ਲੇਕਿਨ ਸੱਚੇ ਜਿਹੜੇ ਇਹਦੇ ਵਿੱਚ ਇਨਵੋਲਵ ਸੀਗੇ ਉਹਨਾਂ ਨੂੰ ਵੀ ਲੈ ਕੇ ਆਓ ਕਿਉਂਕਿ ਇੱਥੇ ਸਿਰਫ ਗੱਲ ਸਿੱਖ ਜੈਨੋਸਾਈਡ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਉੱਤੇ ਹੋ ਰਹੀ ਹੈ ਕਿ ਕਿਹਨਾਂ ਨੇ ਕਤਲੇਆਮ ਕੀਤਾ ਰਾਈਟ ਆਈ ਥਿੰਕ ਉਹਨਾਂ ਨੇ ਫੋਨ ਡਿਸਕਨੈਕਟ ਕਰ ਦਿੱਤਾ ਪਰ ਸਵਾਲ ਬਣਦੇ ਨੇ ਭਾਵੇਂ ਸਵਾਲ ਕਿਸੇ ਨੂੰ ਵੀ ਲੱਗਣ ਕਿਉਂਕਿ ਜਦ ਗੱਲ ਸਿੱਖ ਜੈਨੋਸਾਈਡ ਦੀ ਆਉਂਦੀ ਹੈ ਤਾਂ ਉਹਦੇ ਉੱਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਭਾਵੇਂ ਐੱਚ ਐੱਸ ਫੁਲਕਾ ਹੋਰਾਂ ਦੀ ਗੱਲ ਹੋਏ ਗੱਲ ਇੱਥੇ ਕਹੀ ਗਈ ਕਿ ਜਦ ਉਹਨਾਂ ਨੇ ਜਾਂਚ ਸ਼ੁਰੂ ਕੀਤੀ ਤਾਂ ਵਾਕਈ ਉਹਨਾਂ ਜਾਂਚਾਂ ਦੇ ਵਿੱਚ ਕਈ ਵਾਰ ਜਦ ਨਾ RSS ਅਤੇ BJP ਦੇ ਵੀ ਕਾਰਕੁਨਾਂ ਦੇ ਆਏ ਤਾਂ ਉਹ ਨਾਮਜ਼ਦ ਕਿਉਂ ਨਹੀਂ ਹੋਏ ਇੱਥੇ ਸਵਾਲ ਵੱਡਾ ਇਹ ਵੀ ਬਣਦਾ ਕਿ ਅਗਰ ਜਿੱਥੇ ਜਗਦੀਸ਼ ਟਾਈਡਰ ਸੱਜਣ ਕੁਮਾਰ ਵਰਗਿਆਂ ਦੇ ਨਾਮ ਸੀਗੇ ਤਾਂ ਇੱਕ ਵੀ ਨਾਮ ਕਿਉਂ ਨਹੀਂ ਉਹਨਾਂ ਦੀ ਅਗਵਾਈ ਦੇ ਵਿੱਚ ਆਏ ਅਤੇ ਇਹ ਵੀ ਮੰਨਿਆ ਗਿਆ ਕਿ ਸੌਫਟ ਕਾਰਨਰ ਕਿਤੇ ਨਾ ਕਿਤੇ ਐੱਚ ਐੱਸ ਫੁਲਕਾ ਸਾਹਿਬ ਦਾ ਵਿਰਿਆ ਜਿਸ ਕਰਕੇ ਫੋਨ ਕੱਟ ਗਏ ਨੇ ਮੋਹਿੰਦਰ ਸਿੰਘ ਗਿਲਜੀਆ ਮੌਜੂਦ ਨੇ ਮੇਰੇ ਨਾਲ ਅਗਰਵਾਲ ਸਾਹਿਬ ਮੌਜੂਦ ਨੇ ਡਾਕਟਰ ਬਖਸ਼ੀਸ਼ ਸੰਧੂ ਮੌਜੂਦ ਨੇ ਮੈਂ ਮੋਹਿੰਦਰ ਸਿੰਘ ਗਿਲਜੀਆ ਹੋਰਾਂ ਦੇ ਕੋਲ ਵੀ ਆਵਾਂਗਾ ਪ੍ਰੋਫੈਸਰ ਦਿਨੇਸ਼ ਅਗਰਵਾਲ ਹਾਂਜੀ इन्होंने अभी कहा कि बीजेपी ने क्या किया छह साल बीजेपी अटल जी की गवर्नमेंट थी जो लास्ट कमीशन बैठा था नानावती कमीशन दैट वाज सेट अप बाय अटल जी एंड दैट वाज द ओनली कमीशन उसकी रिपोर्ट वाज सबमिटेड इन 2004 इन विच सज्जन कुमार वाज नेम्ड एज वन ऑफ द पर्सन अगेंस्ट हुम द CBI इंक्वायरी शुड बी सेट अप and that was set up and eventually he was punished and he is now in prison that is what BJP did and RSS and BJP person's role in the Sikh massacre was not there at all in fact I know many RSS people who helped to save hundreds of Sikh people in Kanpur in Delhi and many other places so please don't bring RSS or BJP in the Sikh massacre. Sikh are our brothers. So okay. There is nothing about RSS or BJP in connection with the Sikh massacre. It was all Congress goons or Congress leaders led by Rajiv Gandhi himself was involved. Okay. He was the kingpin. He was the leader. He was the prime minister. He took oath on November 1 and this whole thing happened next day under his prime ministership. He ordered all his MPs, the local MPs in Delhi to take the revenge. ਆਪਾਂ ਇਸ ਡਿਬੇਟ ਨੂੰ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਮੋਹਿੰਦਰ ਸਿੰਘ ਗਿਲਜੀਆ ਵੀ ਸਾਡੇ ਨਾਲ ਮੌਜੂਦ ਨੇ ਡਾਕਟਰ ਬਖਸ਼ੀਸ਼ ਸੰਧੂ ਵੀ ਮੌਜੂਦ ਨੇ ਜਦ ਗੱਲ ਸਿੱਖ ਐਕਨੋਲੇਜਮੈਂਟ ਦੀ ਆਉਂਦੀ ਹੈ ਅਵੇਅਰਨੈਸ ਦੀ ਆਉਂਦੀ ਹੈ ਤਾਂ ਇਹ ਸ਼ਖਸੀਅਤਾਂ ਲੰਬੇ ਸਮੇਂ ਤੋਂ ਜੱਦੋ ਜਹਿਦ ਕਰ ਰਹੇ ਨੇ ਅਮਰੀਕਾ ਦੀ ਧਰਤੀ ਦੇ ਉੱਤੇ ਵੀ ਲਗਾਤਾਰ ਇਸ ਪ੍ਰੋਗਰਾਮ ਨੂੰ ਜਾਰੀ ਰੱਖਾਂਗੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਇੰਟਰਨੈਸ਼ਨਲ ਕੋਰਟ ਤੋਂ ਲਗਾਤਾਰ ਜਿਵੇਂ ਅਸੀਂ ਵੀ ਸਵਾਲ ਪੁੱਛ ਰਹੇ ਹਾਂ ਹੁਣ ਉਹਨਾਂ ਤੋਂ ਹੀ ਸਾਨੂੰ ਆਸ ਹੈ ਰਾਈਟ ਮੈਂ BJP ਦੇ ਕੋਲ ਵੀ ਆਵਾਂਗਾ ਕਿਉਂਕਿ ਜਦ ਅਗਰ ਉਹ ਕਹਿ ਰਹੇ ਨੇ ਕਿ ਅਸੀਂ ਜੰਗ ਲੜ ਰਹੇ ਹਾਂ ਭਾਰਤ ਦੇ ਵਿੱਚ ਸੱਜਣ ਕੁਮਾਰ ਨੂੰ ਅਸੀਂ ਸਜ਼ਾ ਕਰਵਾਤੀ ਸੋ ਬਟ ਇੰਟਰਨੈਸ਼ਨਲ ਕੋਰਟ ਤੱਕ ਮਾਮਲਾ ਕਿਉਂ ਨਹੀਂ ਅਜੇ ਤੱਕ ਪਹੁੰਚਿਆ ਉਹ ਇੰਟੈਂਸ਼ਨਸ ਕਿਉਂ ਨਹੀਂ ਨਜ਼ਰ ਆਉਂਦੀਆਂ ਸਰਕਾਰਾਂ ਦੀ ਉਹਦੇ ਉੱਤੇ ਤੁਹਾਡੇ ਕਮੈਂਟ ਚਾਹਾਂਗਾ ਹਾਂਜੀ ਉਹ ਤੇ ਕੰਮ ਹੋ ਰਿਹਾ ਵਾ ਪਰ ਇਸ ਤੋਂ ਸਭ ਤੋਂ ਗੱਲ ਜਿਹੜੀ ਜ਼ਰੂਰੀ ਗੱਲ ਸਮਝਣੀ ਆ ਵੀ ਜਿਹੜਾ ਸਿੱਖਾਂ ਦਾ ਜੈਨੋਸਾਈਡ ਹੋਇਆ ਇਹਨੂੰ ਜੈਨੋਸਾਈਡ ਕਹਿਣਾ ਚਾਹੀਦਾ ਵਾ ਦੰਗੇ ਨਹੀਂ ਕਹਿਣੇ ਚਾਹੀਦੇ ਕਿ ਗਲਜੀਆਂ ਸਾਹਿਬ ਦੰਗੇ ਤਾਂ ਬਾਰ ਬਾਰ ਕਹਿ ਰਹੇ ਉਹ ਗਲਤ ਸ਼ਬਦ ਆ ਦੂਜਾ ਇਹ ਆ ਵੀ ਜਿਹੜਾ ਸਿੱਖਾਂ ਦਾ ਜੈਨੋਸਾਈਡ ਕੀਤਾ ਗਿਆ ਇਹ ਕਾਂਗਰਸ ਪਾਰਟੀ 100% ਰਿਸਪੋਂਸੀਬਿਲਟੀ ਆ ਇਹਨਾਂ ਦੀ ਕਿਉਂਕਿ ਜਿਹੜੇ ਇਹਨਾਂ ਕਮਿਸ਼ਨ ਬਣਾਏ ਇਹਨਾਂ ਨੇ ਕਿਸੇ ਦੀ ਗੱਲ ਨਹੀਂ ਸੁਣੀ ਇੱਕ ਮਨੁਸ਼ੀ ਆਰਗੇਨਾਈਜੇਸ਼ਨ ਆ ਜਿਹਨਾਂ ਨੇ ਲੰਮੀ ਚੌੜੀ ਜਿਹੜੀ ਸੀ ਕੋਰਟ ਦੇ ਵਿੱਚ ਪੇਸ਼ ਕੀਤਾ ਉਹਦਾ ਮਿਸ਼ਰਾ ਜਿਹੜਾ ਸੀ ਜਸਟਿਸ ਸੀ ਤੇ ਮਿਸ਼ਰਾ ਨੇ ਉਹਨੂੰ ਜਿਹੜੀ ਸੀ ਉਹਨੂੰ ਭੁਆ ਕੇ ਸੁੱਟ ਦਿੱਤਾ ਉਹਨੇ ਉਹ ਤੇ ਵੇਖਿਆ ਵੀ ਨਹੀਂ ਤੇ ਸੁਣਿਆ ਨਹੀਂ ਹੁਣ BJP ਦੀ ਗੱਲ ਆ ਗਈ ਜੇ ਚਲੋ ਜੇ ਕਾਂਗਰਸ ਨੇ ਸਾਡੇ ਨੂੰ ਧੱਕਾ ਕੀਤਾ ਤੇ BJP ਵੀ ਉਹਨਾਂ ਹੀ ਕਰ ਰਹੀ ਆ BJP ਉਹਨਾਂ ਨੂੰ ਫੜ ਕੇ ਤੇ ਕਰੇ ਅੰਦਰ ਸਿੱਖਾਂ ਵਾਸਤੇ ਸਿਰਫ ਇੱਕੋ ਹੀ ਸਲੂਸ਼ਨ ਆ ਆਜ਼ਾਦ ਪੰਜਾਬ ਜਿਹੜਾ ਵਾ ਉਹ ਹੋਣਾ ਚਾਹੀਦਾ ਕਿਉਂਕਿ ਇੰਡੀਆ ਵਿੱਚ ਕੋਈ ਵੀ ਗਵਰਨਮੈਂਟ ਆ ਜਾਏ ਭਾਵੇਂ ਉਹ ਕਾਂਗਰਸੀ ਹੋਵੇ ਭਾਵੇਂ ਉਹ BJP ਦੀ ਹੋਵੇ ਇਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੀ ਜਿਹੜੀਆਂ ਸਾਰੀਆਂ ਗਵਰਨਮੈਂਟਾਂ ਨੇ ਉਹ ਪੰਜਾਬੀਆਂ ਦੀ ਗੱਲ ਨਹੀਂ ਕਰਦੀਆਂ ਉਹ ਸਿੱਖਾਂ ਦੀ ਗੱਲ ਤੇ ਪਾਸ ਰਹੀ ਉਹ ਪੰਜਾਬੀਆਂ ਨੂੰ ਆਪੇ ਡਾਕਟਰ ਬਖਸ਼ੀਸ਼ ਸੰਧੂ ਜੀ ਜਿੱਥੇ ਤੁਸੀਂ ਪਹਿਲਾਂ ਬੋਲ ਰਹੇ ਸੀਗੇ ਉੱਥੇ ਹੀ ਰਹਿ ਕੇ ਬੋਲੋ ਕਿਉਂਕਿ ਸਾਨੂੰ ਉਹ ਤੁਹਾਡੀ ਆਵਾਜ਼ ਆ ਰਹੀ ਹੈ ਸਾਨੂੰ ਪਤਾ ਤੁਹਾਡੇ ਅੰਦਰ ਜਜ਼ਬਾ ਹੈ ਔਰ ਤੁਸੀਂ ਉਸ ਜਜ਼ਬੇ ਦੇ ਲਈ ਕਾਫੀ ਲੰਬੇ ਸਮੇਂ ਤੋਂ ਜੰਗ ਲੜ ਰਹੇ ਹੋ ਮੋਹਿੰਦਰ ਸਿੰਘ ਗਿਲਜੀਆ ਜੀ ਵੀਰ ਜੀ ਗੱਲ ਇਸ ਤਰ੍ਹਾਂ ਹੈ ਮੈਂ ਪੰਜਾਬ ਤੋਂ ਹਾਂ ਅਮਰੀਕਾ ਰਹਿਣਾ ਤੇ ਅਮਰੀਕਾ ਦੀ ਧਰਤੀ ਰਹਿ ਕੇ ਸਾਨੂੰ ਕੁਝ ਸਿੱਖਿਆ ਇਸੇ ਆ ਗਏ ਪਰ ਇਹ ਪੁਰਾਣੀਆਂ ਜੇ ਗਲਤੀਆਂ ਨੂੰ ਛੱਡ ਕੇ ਕਿ ਅੱਗੂ ਆਪਣਾ ਬਚਾਅ ਕਿਸ ਤਰ੍ਹਾਂ ਕਰਨਾ ਇਸ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਮੈਂ
ਕਾਂਗਰਸੀ ਜ਼ਰੂਰ ਹਾਂ, ਬਿਲਕੁਲ ਮੈਂ ਕੋਈ ਦੋ ਰਾਵਾਂ ਨਹੀਂ, ਮੈਂ ਕਾਂਗਰਸੀ ਹਾਂ, ਪਰ ਕਾਂਗਰਸੀ ਹੋਣ ਤੋਂ ਪਹਿਲਾਂ ਮੈਂ ਸਿੱਖ ਹਾਂ। ਪਰ ਸਾਡੇ ਜਿਹੜੇ ਸਿੱਖ ਲੀਡਰ ਨੇ ਇਹਨਾਂ ਪਿਛਲੇ 3 ਦਹਾਕਿਆਂ ਤੋਂ 4 ਦਹਾਕਿਆਂ ਤੋਂ ਸਿੱਖਾਂ ਨੂੰ ਆਪਣੀ ਹੋਂਦ ਬਚਾਉਣ ਵਾਸਤੇ ਕੀ ਕੀਤਾ ਹੈ? ਮੈਂ ਇਹਨਾਂ ਕੋਲ ਸਵਾਲ ਪੁੱਛਣਾ ਸਾਰਿਆਂ ਨੂੰ। ਇਹਨਾਂ ਸਾਰਿਆਂ ਨੇ ਆਪਣੀ ਆਪਣੀ ਦੁਕਾਨਦਾਰੀ ਚਲਾਈ ਹੈ, ਚਾਹੇ ਮੈਂ ਨਾਂ ਨਹੀਂ ਲੈਂਦਾ ਕਿਸੇ ਆਪਣੇ ਅਮੀਰ ਦਾ। ਇਹਨਾਂ ਨੇ ਇਹ 84 ਦੇ ਜਿਹੜਾ ਸੀ ਰੋਲ, ਉਸ ਦੇ ਨਾਂ ਦੇ ਨਾਲ ਦੁਕਾਨਦਾਰੀ ਰੱਜ ਕੇ ਕੀਤੀ ਮੇਰੇ ਵੀਰਾਂ ਨੇ। ਪਰ ਇਹਨਾਂ ਨੇ ਆਉਣ ਵਾਲਾ ਟਾਈਮ ਜਿਹੜਾ ਫਿਊਚਰ ਹੈ ਸਿੱਖਾਂ ਦਾ, ਇਹ ਸਿੱਖ ਕਿਸ ਤਰ੍ਹਾਂ ਸੇਵ ਰੱਖਦੇ ਨੇ? ਘੱਟ ਗਿਣਤੀਆਂ ਨੇ, ਸਾਡੀ ਜਿਹੜੀ ਆਬਾਦੀ ਹੈ ਪੂਰੇ ਭਾਰਤ 2% ਹੈ। ਅਸੀਂ ਆਪਣੇ ਆਪ ਨੂੰ ਸੁਰੱਖਿਅਤ ਕਿੱਦਾਂ ਮਹਿਸੂਸ ਕਰ ਸਕਦੇ ਹਾਂ? ਇਸ ਬਾਰੇ ਕਿਸੇ ਨੇ ਕੋਈ ਖਿਆਲ ਨਹੀਂ ਕੀਤਾ, ਸਿਰਫ ਆਪਣੀ ਦੁਕਾਨਦਾਰੀਆਂ ਰੱਜ ਕੇ ਚਲਾਈਆਂ ਨੇ, ਕਰੋੜਾਂ ਡਾਲਰ ਇਕੱਠੇ ਕੀਤੇ ਨੇ ਇਹਨਾਂ ਵੀਰਾਂ ਨੇ। ਮੈਂ ਨਾਂ ਨਹੀਂ ਲੈਂਦਾ ਕਿਸੇ ਦਾ। ਔਰ ਜਿਹੜੇ ਦੂਸਰੇ ਪਾਸੇ ਮੇਰੇ ਵੀਰ ਬੀਜੇਪੀ ਵਾਲੇ ਬੈਠੇ ਨੇ, ਇਹ ਜਿਹੜਾ ਇਹਨਾਂ ਦਾ RS ਵਿੰਗ ਹੈ, ਰਾਸ਼ਟਰੀ ਸੇਵਕ ਸੰਘ ਜਿਹੜਾ ਬੈਠਾ ਹੈ, ਇਹ ਤੇ ISI ਨੂੰ ਵੀ ਮਾੜਾ ਹੈ। ਇਹ ਜਿਹੜੇ ਨਾ ਮਤਲਬ ਦੁਨੀਆਂ ਦੇ ਸਭ ਤੋਂ ਜਿਹੜੇ ਤੁਸੀਂ ਵੱਡੀਆਂ ਜਿਹੜੇ ਜਾਗ ਚ ਦੇਖੋ, ਜਿਹੜੇ ਵੱਡੇ ਚੈਨਲ ਹੈ, ਇਹਨਾਂ ਨੂੰ ਵੱਡੇ ਜਿਹੜੇ ਅੱਤਵਾਦੀ ਨੇ ਉਹਨਾਂ ਤੋਂ ਵੀ ਮਾੜੇ ਨੇ ਜਿਹੜੇ RSS ਵਾਲੇ ਨੇ। ਘੱਟ ਗਿਣਤੀਆਂ ਵਾਸਤੇ ਤੇ ਜ਼ਹਿਰ ਨੇ RSS ਵਾਲੇ ਤੇ BJP ਵਾਲੇ, ਘੱਟ ਗਿਣਤੀਆਂ ਵਾਸਤੇ ਜ਼ਹਿਰ। ਕਾਂਗਰਸ, ਮੇਰੀ ਗੱਲ ਸੁਣ ਲਓ, ਮੇਰੀ ਪੂਰੀ ਗੱਲ ਕਰ ਲੈਂਦੇ ਹੋ। ਕਾਂਗਰਸ ਸਾਰੇ ਧਰਮਾਂ ਦਾ ਸੁਮੇਲ ਹੈ, ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ, ਕਾਂਗਰਸ ਪਾਰਟੀ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੀ ਹੈ। ਜਿੱਥੇ ਵੀ ਕਿਤੇ ਘੱਟ ਗਿਣਤੀਆਂ ਦਾ ਧੱਕਾ ਹੁੰਦਾ ਹੈ, ਕਾਂਗਰਸ ਪਾਰਟੀ ਖੜਦੀ ਹੈ। ਜੇ ਕਿਤੇ ਇਹ ਜਿਹੜੇ ਤੁਸੀਂ 84 ਦਾ ਸਾਰਾ ਜਿਹੜਾ ਤੁਸੀਂ ਰੋਲ ਹੈ, ਜਿਹੜਾ 1984 ਦਾ ਸਿੱਖ ਜੈਨੋਸਾਈਡ ਹੋਇਆ, ਤੁਸੀਂ ਮੰਨਦੇ ਹੋ ਧੱਕਾ ਹੋਇਆ ਸਿੱਖਾਂ ਦੇ ਨਾਲ? ਮੈਂ ਜਿਹੜੀ ਗੱਲ 84 ਚ ਮੈਂ ਪਹਿਲਾਂ ਤੁਹਾਨੂੰ ਕਿਹਾ, 84 ਵਿੱਚ ਦੋਵੇਂ ਜਿਹੜੇ ਦੁਰਘਟਨਾਵਾਂ ਹੋਈਆਂ ਨੇ ਦੋਵੇਂ ਮਾੜੀਆਂ ਸਨ। ਕਨਵੇ ਚ ਹੋਇਆ ਉਹ ਵੀ ਮਾੜਾ ਹੋਇਆ, ਜੋ ਕੁਝ ਹੋਇਆ ਸਾਰਾ ਹੀ ਮਾੜਾ ਹੋਇਆ। ਮੈਂ ਕਹਿੰਦਾ ਤੁਸੀਂ ਮੰਨਦੇ ਹੋ ਇਸ ਗੱਲ ਨੂੰ ਕਿ ਰਾਜੀਵ ਗਾਂਧੀ ਨੇ ਜਿਹੜੀ ਸਟੇਟਮੈਂਟ ਦਿੱਤੀ, ਬੜਾ ਪੇੜ ਗਿਰਤਾ ਹੈ ਤਾਂ ਧਰਤੀ ਹਿਲਤੀ ਹੈ, ਇਹ ਸਟੇਟਮੈਂਟ ਗਲਤ ਸੀਗੀ? ਮੈਂ ਜਿਹੜਾ 1984 ਚ ਕਤਲ ਹੋਇਆ ਮੈਡਮ ਇੰਦਰਾ, ਪ੍ਰਾਈਮ ਮਿਨਿਸਟਰ, ਦੋ ਸਾਡੇ ਪ੍ਰਾਈਮ ਮਿਨਿਸਟਰ ਦੇ 1984 ਚ ਕਨਵੇ ਚ ਕਾਂਗਰਸ ਪਾਰਟੀ ਦੋ ਪ੍ਰਾਈਮ ਮਿਨਿਸਟਰ ਦਿੱਤੇ ਨੇ ਦੇਸ਼ ਨੂੰ, 84 ਚ ਵੀ ਤੇ ਕਨਵੇ ਚ ਵੀ। ਇਹ ਬੀਜੇਪੀ ਵਾਲੇ ਪ੍ਰੋਫੈਸਰ ਅਗਰਵਾਲ ਬੈਠੇ ਨੇ, ਪ੍ਰੋਫੈਸਰ ਅਗਰਵਾਲ ਪ੍ਰੋਫੈਸਰ ਅਗਰਵਾਲ ਆ ਜੀ, ਯੂਅਰ ਕਮੈਂਟ ਆ ਕੇ ਇਹਨਾਂ ਨੇ ਕੰਮ ਚਲਾਇਆ ਜਦੋਂ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ। ਸਾਰੇ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਯੋਗਦਾਨ ਸੀ, ਕਾਂਗਰਸ ਪਾਰਟੀ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ। ਪ੍ਰੋਫੈਸਰ ਦਿਨੇਸ਼ ਅਗਰਵਾਲ, ਬਿਲਕੁਲ ਧਰਮ ਨਿਰਪੱਖ ਪਾਰਟੀ ਹੈ। ਕਾਂਗਰਸ ਪਾਰਟੀ ਵਾਂਟ ਦੈਟ ਐਵਰੀਵਨ ਸ਼ੁੱਡ ਬੀ ਔਨ ਅ ਸੇਮ ਪਲੇਟਫਾਰਮ ਐਂਡ ਦੇ ਥਿੰਕ ਦੈਟ ਵੀ ਆਲ ਆਰ ਯੂਨਾਈਟਿਡ, ਬਟ ਬੀਜੇਪੀ ਐਂਡ RSS ਦੇ ਓਨਲੀ ਥਿੰਕ ਅਬਾਊਟ ਹਿੰਦੂਸ, ਹਿੰਦੂ ਰਾਸ਼ਟਰ ਏਜੰਡਾ, ਦਿਸ ਐਂਡ ਆਲ। ਮਹਿੰਦਰ ਸਿੰਘ ਜੀ ਗਿੱਲਦੀਆ ਜਿਹੜੀ ਗੱਲ ਕਹਿ ਰਹੇ ਨੇ, one of your audience raised and then here Mohinder Singh ji is raising, we can have a debate on those issues later on. Man, what do you think about Rajiv Gandhi? Okay, let's come on this. What do you think about Rajiv Gandhi? About Rajiv Gandhi, Mohinder ji, dekhiye ek gal tu Mohinder ji gal nu samjho, ਇਹਨਾਂ ਨੂੰ ਪੁੱਛੋ 2000 ਇਹਨਾਂ ਦਾ ਮੋਦੀ ਜਿਹੜਾ ਹੁਣ ਪ੍ਰਾਈਮ ਮਿਨਿਸਟਰ ਹੈ, ਗੁਜਰਾਤ ਦਾ ਮੁੱਖ ਮੰਤਰੀ ਸੀ 2002 ਚ, ਉਹਨੇ ਕੀ ਕਰਤੂਤ ਕੀਤੀ ਉੱਥੇ? ਮਹਿੰਦਰ ਸਿੰਘ ਜੀ ਲੈਟ ਹਿਮ ਸਪੀਕ ਇਹਨਾਂ ਦੀ ਕਰਤੂਤਾਂ ਗਲਤਾਂ ਕਰਨ ਦੋ, ਆਪਣੀ ਗਲਤਾਂ ਕਰਨ ਦੋ ਉਹਨਾਂ ਨੂੰ। ਹੀ ਇਸ ਟਾਕਿੰਗ ਅਬਾਊਟ ਰਵੇਸ਼, ਅਬਾਊਟ RSS ਐਂਡ ਕੰਪੇਅਰਿੰਗ RSS ਵਿਦ ISIS, ਹੀ ਹੈਜ਼ ਨੋ ਨੋਲੇਜ ਅਬਾਊਟ RSS, he has never been to RSS shaka. Yes, but, I and bhai sahab mere ko bahut jyada knowledge hai, maine RSS ki history puri padhi hai. RSS is not RSS ko for all Indians. So Gilia ji, fir ek gal dasso, Dr. Bakshish Sandhu ate jehdi organizations kam kar rahe, tusi kya ki hai, eh rotiyan sekde hai, inna ne dukandari shuru kiti hui hai, na inna nu vishwas BJP te hai, na inna nu vishwas Congress te hai, fir eh kyon nahi apni gal athe reh ke karan? The same thing these days, you divided India on religion basis. No, we are not dividing. India mean all colors of it. Yes. All colors together, come India. Nation theory, RSS did not. So please don't deny the history. Everybody knows who is responsible for the division of India. And you are doing the same thing now. Your Sonia Gandhi is doing the same thing. No, let's go to Bharat ji. Let's have his closing comments.
from Tamil organization. He thinks same for Rajiv Gandhi. Let's go to him. Has thrown you in dustbin. Next time the election, you will not get even 4 seats. Right now you have 52 seats. You are not even getting Sundar the position, leadership. I love to have your closing comments. Sundar Bharat ji. They have thrown you out. They have accepted all your advice. Sundar Bharat ji, I would love to have your closing comments. 1984 में आपको दो सीट मिली थी पूरे इंडिया में. I think he can't hear me. 1984 में आपको दो सीट मिली थी पूरे इंडिया में. क्या बात करते हो तुम बीजेपी वाले? कोई कुछ नहीं करता है. बीजेपी इज द बेस्ट पार्टी इन इंडिया. ओके ओके डॉक्टर बख्शी संधू, डॉक्टर बख्शी संधू, तुम्हारे क्लोजिंग कमेंट. ऑनली टू एमपीज फ्रॉम एंटायर इंडिया. टेल मी व्हाट इज योर. लेट्स नॉट गो टू द अदर टॉपिक राइट नाउ. मोहिंदर सिंह जी, प्रोफेसर दिनेश अग्रवाल, दे आर डिवाइडिंग द नेशन. प्रोफेसर दिनेश अग्रवाल एंड मोहिंदर सिंह गिलजिया जी, लिसन मी. इत्थे रहिंदे होए लोकां नूं जद मैं सिख डायसपोरा की गल करदा, ना तो उन्होंने विश्वास बीजेपी ते है, ना तो उन्होंने विश्वास कांग्रेस ते है. और जब अपनी गल नूं इत्थे ह्यूमन वायोलेशन दे अगेंस्ट इस गल नूं अपनी बोलते हैं, तो फिर इहदे च गलत की है? डॉक्टर बख्शीश संधू. हाँ जी, वेखो जी, जिहड़ी गल आ टॉपिक तो बाहर नहीं जाना चाहिए. बिल्कुल गल ठीक है. जिहड़ी कांग्रेस पार्टी आ, इसने सिखां दा घाण कीता वा, इन्हां सिखां दा जेनोसाइड कीता वा, इहनूं डिफेंड नहीं करना चाहिए. जिहड़ी बीजेपी आ हुण हिंदुत्वा चलाउणी चाहुंदी आ, उह सारे मिनोरिटियां दे कतल कर रही आ, सारी मिनोरिटियां नूं उह डिस्ट्रॉय करन दी कोशिश करना चाहुंदी आ. सो हिंदुस्तान च कोई गवर्नमेंट आवे, पंजाब च कोई गवर्नमेंट आवे, पंजाबियां दे सिखां वास्ते सिर्फ इक हल आ कि असीं अपनी आजादी लईए. आजादी साडा हक बणदा वा, इंटरनेशनल कानून जिहड़ा वा सानूं हक देंदा वा. इस करके इह कहणा वी इह दे आर बोथ द सेम एज विद रिस्पैक्ट टू सिख, दे आर ऑल द सेम. क्योंकि जदों इंदिरा गांधी ने अटैक करना सी हरिमंदर साहब ते, बीजेपी कहिंदी सी तुसीं क्यों नहीं करदे अटैक. They were pushing him to attack. So, I mean, they all the same. पर मेन जेड़ा ऐसे डॉक्टर बख्शीश संधू, सब तो पहला मसला जेड़ा हैगा ओ नू इंटरनेशनल कोर्ट दे उत्ते ले जाया जाए और ओ प्रेशर पाया जाए ताकि 35 साल दी जेड़ी गुहार है इंसाफ दी ओ पूरी हो सके. मेहरबानी तुहाडी बहुत-बहुत, तुसी साडे नाल जुड़े प्रोफेसर दिनेश अग्रवाल, मेहरबानी तुहाडी मोहिंदर सिंह गिलजिया जी, मेहरबानी तुहाडी डॉक्टर बख्शीश संधू एंड मेरे नाल तमिल ऑर्गेनाइजेशन इंडिया तो भी बकायदा गैस जुड़े सके, सारिया दा धन्नवाद. मैं अपने दर्शकों नू दरख्वास्त करांगा कि प्रोग्राम दे विच जिन्ना कॉलर्स ने कॉल की, जिन्हें मैं कॉल्स नहीं चक पाया, मैं तुहाडे तो माफ़ी चाहवागा. पर तुसी ईमेल राही मैनू लिख के भेज सकते हो अपने कमेंट्स, harkirat@justbroadcasting.com, info@justbroadcasting.com दे उत्ते. फिलहाल अज दे प्रोग्राम दे विच इन्ना ही. मैनू दवो इजाजत. धन्यवाद. सत श्री अकाल.